ਵਾਲੀ ਚੀਜ਼ ਆ ਬਾਈ, ਹੈ ਨਾ। ਦੇਖੋ ਬਾਈ, ਇਹ ਲਾਈਟ ਹੈਗੀ, ਇਹ ਵੀ ਤੁਸੀਂ ਗੱਡੀ ਦੇ ਵਿੱਚ ਲਗਵਾ ਸਕਦੇ ਹੋ, ਟੈਸਲਾ ਦੀਆਂ ਨੇ, ਹੈ ਨਾ। ਅਤੇ ਪੁਰਜਾ ਛੋਟਾ ਜਿਹਾ, ਪਰ ਤੁਹਾਡਾ ਕਿੰਨੀ ਪੈਸੇ ਬਚਾ ਸਕਦਾ, ਹੈ ਨਾ ਬਾਈ। ਕਿੰਨੀ 10 ਇੰਚ ਦੀ ਬੇਸ ਟਿਊਬ ਬਾਈ, ਹਾਂਜੀ, 1 ਸਾਲ ਦੀ ਗਾਰੰਟੀ ਹੈ ਦੀ, ਹਾਂਜੀ ਹਾਂ। ਮੋਕ ਆਡੀਓ ਦਾ ਬੇਸ ਟਿਊਬ ਹੈ ਜੀ, ਬਹੁਤ ਅੱਛੀ ਬੇਸ ਹੈ ਜੀ। ਇਸ ਤੋਂ ਇਲਾਵਾ ਆਪਣੇ ਸੋਨੀ ਦੀ ਪਈ ਆ, ਇਨਫਿਨਿਟੀ, ਔਰ ਬਥੇਰੇ ਬ੍ਰਾਂਡ ਹੈਗੇ ਆਪਣੇ ਕੋਲ ਅਲੱਗ ਅਲੱਗ। ਇਹ ਸਟਾਰਟਿੰਗ ਰੇਂਜ ਹੈ? ਸਟਾਰਟਿੰਗ ਰੇਂਜ ਹੈ ਜੀ। ਠੀਕ ਹੈ। ਅੱਛਾ, ਇਹ 10 ਇੰਚ ਹੀ ਹੈਗਾ, ਇਹਦੇ ਨਾਲ ਵਾਇਰਿੰਗ ਵਗੈਰਾ ਵੀ ਲੱਗਦੀ ਹੈ? ਤੁਹਾਨੂੰ ਸਟਾਰਟਿੰਗ ਰੇਂਜ 4200 ਰੁਪਏ 'ਚ ਪੈ ਜੂਗਾ ਜੀ ਇਹ। ਹਾਂਜੀ, ਲੈ ਮਿੱਤਰੋ, 4200 ਰੁਪਏ ਦੇ ਵਿੱਚ ਵਿਦ ਵਾਇਰਿੰਗ ਅਤੇ ਵਿਦ ਫਿਟਿੰਗ ਕਰਕੇ ਤੁਹਾਨੂੰ ਦਿੱਤੀ ਜਾਊਗੀ। ਹਾਂਜੀ ਵੀ ਮਿੱਤਰੋ, ਅੱਜ ਆਪਾਂ ਮੋਹਾਲੀ ਖੜੇ ਹਾਂ ਬਈ, ਸੈਕਟਰ 117 ਦੇ ਵਿੱਚ। ਕਿਸੇ ਭਰਾ ਨੇ ਨਾ ਆਪਣੇ ਚੈਨਲ ਦੇਖ ਕੇ ਗੱਡੀਆਂ ਵੀ ਲਈਆਂ ਨੇ, ਉਹ ਗੱਡੀ ਨੂੰ ਅਗਰ ਤੁਸੀਂ ਸ਼ਿੰਗਾਰਨਾ ਬਈ, ਹੈ ਨਾ, ਵਿੱਚ ਕੁਛ ਵੀ ਅਗਰ ਤੁਹਾਨੂੰ ਲਵਾਉਣਾ, ਕੋਈ ਗੱਡੀ ਦੇ ਫੋਗ ਲੈਂਪ ਲਵਾਉਣੇ ਨੇ, ਕੋਈ ਲਾਈਟਾਂ ਲਵਾਉਣੀਆਂ ਨੇ, ਕੋਈ ਬੂਫਰ ਐਂਪ, ਬਹੁਤ ਕੁਛ ਆ ਬਈ ਜਿਹੜਾ ਉਰੇ ਬਾਈ ਲਵੇ ਹੈਗਾ, ਤੁਸੀਂ ਅਗਰ ਲਗਵਾਉਣਾ ਤਾਂ ਲਗਵਾ ਸਕਦੇ ਹੋ। ਨੰਬਰ ਮੈਂ ਸਕਰੀਨ 'ਤੇ ਪਾਤਾ, ਗੁਲਨਾਜ ਕਾਰ ਅਸੈਸਰੀ ਮੋਹਾਲੀ ਖੜੇ ਆਪਾਂ, ਬਾਈ ਹੋਰੀ ਆਪਣੇ ਨਾਲ ਨੇ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਵੀਰ ਆਪਣੇ ਪੇਜ ਦੇ ਉੱਪਰ, ਹੈ ਨਾ। ਅਤੇ ਬਾਈ ਆਪਣੇ ਲਵੇ ਹੈਗਾ ਅਸੈਸਰੀ ਦਾ, ਅਸੈਸਰੀ ਦਾ ਘਰ ਦੇਖੋ, ਵੈਸੇ ਤਾਂ ਕੋਈ ਪੂਰਾ ਨਹੀਂ ਕਰ ਸਕਦਾ ਹੁੰਦਾ, ਹੈ ਨਾ, ਵੀ ਇੰਨਾ ਕੁਛ ਆਉਂਦਾ ਅਸੈਸਰੀ ਦੇ ਵਿੱਚ। ਪਰ ਅੱਜ ਆਪਾਂ ਕੁਛ ਕੁ ਜਿਹੜੀ ਚੀਜ਼ਾਂ ਮੇਨ ਜਿਹੜੀ ਲੱਗਦੀ ਹੁੰਦੀ ਹੈ ਗੱਡੀਆਂ ਦੇ ਵਿੱਚ, ਹੈ ਨਾ ਬਾਈ, ਉਹਨਾਂ ਦੀ ਗੱਲ ਕਰਾਂਗੇ, ਜਿਵੇਂ ਸਪੀਕਰ ਹੋ ਗਏ, ਮੈਟ ਹੋ ਗਏ, ਬੈਕ ਕੈਮਰਾ ਹੋ ਗਿਆ, ਕੋਈ ਜੀਪ ਇਸ ਤਰ੍ਹਾਂ ਦਾ, ਇੱਦਾਂ ਕੁਛ ਹੋ ਗਿਆ, ਤਾਂ ਉਹ ਦਿਖਾਵਾਂਗੇ ਆਪਾਂ। ਅਤੇ ਬਾਈ ਆਪਣੇ ਲਵੇ ਆਪਾਂ ਪਹਿਲਾਂ ਸਟਾਰਟਿੰਗ 'ਚ ਕਿਹੜੀ ਚੀਜ਼ ਦਿਖਾਵਾਂਗੇ ਆਪਾਂ ਬਈ? ਆਪਣੇ ਲਵੇ ਸਾਰਾ ਮਿਊਜ਼ਿਕ ਸਿਸਟਮ 'ਚ ਸਭ ਕੁਛ ਹੈਗਾ। ਹਾਂਜੀ ਹਾਂ, ਠੀਕ ਹੈ, ਸਪੀਕਰ ਹੋ ਗਏ, ਐਂਡਰੋਇਡ ਸਿਸਟਮ ਹੋ ਗਏ, ਕੰਪੋਨੈਂਟ, ਬੇਸ ਟਿਊਬ, ਹਰ ਚੀਜ਼ ਹੈਗੀ, ਔਰ ਰੀਜ਼ਨੇਬਲ ਰੇਟ ਹੋਣਗੇ ਆਪਣੇ। ਠੀਕ ਹੈ, ਠੀਕ ਹੈ। ਜਿਵੇਂ ਸਪੀਕਰ ਹੋ ਗਏ, ਕੋਈ ਕਿਸੇ ਬੰਦੇ ਦਾ ਬਜਟ ਨਹੀਂ ਹੁੰਦਾ, ਆਪਣੇ ਕੋਲ 1400 ਰੁਪਏ ਤੋਂ ਸਟਾਰਟ ਹੈ ਸਪੀਕਰ, ਠੀਕ ਹੈ, ਵਿਦ ਫਿਟਿੰਗ ਕਰਕੇ। ਓਕੇ, ਠੀਕ ਹੈ। ਤੇ ਆਪਣਾ ਆਹ ਸਪੀਕਰ ਹੈ ਨਾ? ਹਾਂਜੀ ਹਾਂਜੀ। ਇਹ ਸਪੀਕਰ ਬਾਈ ਕਿੰਨਾ ਇੰਚੀ ਸਪੀਕਰ ਹੈ ਇਹ? 800 ਵਾਟ ਦੇ ਸਪੀਕਰ ਹੈ, 6 ਇੰਚ ਸਪੀਕਰ ਹੈ ਜੀ। ਠੀਕ ਹੈ ਵੀਰੇ, ਇਹ 'ਚ ਦੋ ਪੀਸ ਹੋਣਗੇ ਜੀ? ਇਹ 'ਚ ਦੋ ਪੀਸ ਹੋਣਗੇ ਆਪਣੇ? ਹਾਂਜੀ, ਦੋ ਪੀਸ ਹੈ ਜੀ। ਲੈ ਮਿੱਤਰੋ ਬਾਈ, ਹੈ ਨਾ, ਆਹ ਵਾਲੇ ਸਪੀਕਰ ਵੀ ਤੁਸੀਂ ਗੱਡੀ ਦੇ ਵਿੱਚ ਲਵਾ ਸਕਦੇ, 1400 ਰੁਪਈਆਂ 'ਚ ਦੋ ਵਿਦ ਫਿਟਿੰਗ ਕਰਕੇ ਦੇ ਦਿਓ। ਹਾਂਜੀ, ਵਿਦ ਫਿਟਿੰਗ, ਠੀਕ ਹੈ ਬਾਈ। ਅਤੇ ਬਾਈ, ਹੈ ਨਾ, ਉਸ ਤੋਂ ਬਾਅਦ ਆਪਾਂ ਗੱਡੀ 'ਚ ਵੜਦੇ ਹਾਂ, ਅਗਰ ਆਪਾਂ ਨੂੰ ਮੈਟ ਦੀ ਵੀ ਜ਼ਰੂਰਤ ਪੈਂਦੀ ਹੈਗੀ, ਤਾਂ ਮੈਟ, ਇਹ ਵਾਲਾ ਮੈਟ ਇੱਦਾਂ ਦਾ ਹੁੰਦਾ ਨਾ ਵੀਰੇ, ਇਹਦੇ 'ਚ ਮੰਨ ਕੇ ਚੱਲ, ਅਗਰ 5-7 ਦਿਨ ਗੱਡੀ ਸਾਫ਼ ਵੀ ਨਾ ਕਰੀ ਤਾਂ ਵੀ ਇਹਦਾ ਕੋਈ ਅਸਰ ਨਹੀਂ ਪੈਂਦਾ, ਗ੍ਰਾਸ ਮੈਟ ਬੋਲਦੇ ਹਾਂ। ਗ੍ਰਾਸ ਮੈਟ ਹੈ ਜੀ, ਹੈ ਨਾ। ਇਹ ਕਿੰਨੇ ਕੁ ਰੁਪਏ ਦਾ? ਇਹ ਵਿਦ ਫਿਟਿੰਗ ਵਾਲਾ ਮੈਟ ਹੈ ਜੀ, ਪ੍ਰੋਪਰ ਗੱਡੀ ਦੇ, ਔਰ ਇਹ ਆਪ ਸਟਾਰਟਿੰਗ ਪ੍ਰਾਈਸ 1300 ਰੁਪਏ 'ਚ ਦੇ ਦਾਂਗੇ। 1300, ਕੁਆਲਿਟੀ ਠੀਕ ਹੈ? ਕੁਆਲਿਟੀ ਬਹੁਤ ਰੀਜ਼ਨੇਬਲ, ਔਰ ਇਹ ਫਲੈਕਸੀਬਲ ਹੈ। ਠੀਕ ਹੈ ਵੀਰੇ, ਠੀਕ ਹੈ, ਇਹਦੇ ਵਿੱਚ ਗ੍ਰਿਪ ਪ੍ਰੋਪਰ ਹੈ, ਮੈਟ ਹਿੱਲੂ ਜੁੱਲੂਗਾ ਨਹੀਂ ਗੱਡੀ ਦੇ ਅੰਦਰ। ਠੀਕ ਹੈ ਬਾਈ, ਇਸ ਤੋਂ ਉੱਪਰ ਫਿਰ ਮੈਟ ਔਰ ਵੀ ਬਥੇਰੇ ਆਈ ਆਪਣੇ ਕੋਲ, ਉਹ 70 ਵਗੈਰਾ, ਸਾਰਾ ਕੁਝ ਵਗੈਰਾ, GFX ਮੈਟ, ਤੇ ਸੀਟ ਕਵਰ ਵਗੈਰਾ ਵੀ ਹੁੰਦੇ ਨੇ, ਸੀਟ ਕਵਰ ਵਗੈਰਾ ਸਭ ਕੁਝ ਹੈ ਵੀਰੇ ਆਪਣੇ ਕੋਲ। ਤੇ ਬਾਈ, ਐਂਪ ਬੂਫਰ ਦਾ ਅੱਜ ਕੱਲ ਆਪਣੇ ਬੜਾ ਕਰੇਜ਼ ਆਪਣੇ ਮਿੱਤਰਾਂ ਨੂੰ ਨਾ, ਜਿਵੇਂ ਇਹ ਵਾਲੀ, ਇਹਦੀ ਆਪਾਂ ਗੱਲ ਕਰ ਲਈ, ਆਪਾਂ ਨੂੰ ਉੱਪਰ ਚੱਕੀ ਲਈਏ, ਤੇ ਆਹ ਵਾਲੀ ਅਗਰ ਤੁਹਾਨੂੰ ਦਿਖਾ ਦਈਏ ਬਾਈ ਆਪਾਂ, ਇਹ ਕਿਹੜਾ ਹੈਗਾ, ਕੀ ਸਾਈਜ਼ ਹੈ, ਕਿੰਨੇ 10 ਇੰਚ ਦੀ ਬੇਸ ਟਿਊਬ ਬਾਈ? ਹਾਂਜੀ, 1 ਸਾਲ ਦੀ ਗਾਰੰਟੀ ਹੈ ਦੀ। ਹਾਂਜੀ ਹਾਂ, ਮੋਕ ਆਡੀਓ ਦਾ ਬੇਸ ਟਿਊਬ ਹੈ ਜੀ, ਬਹੁਤ ਅੱਛੀ ਬੇਸ ਹੈ ਜੀ। ਇਸ ਤੋਂ ਇਲਾਵਾ ਆਪਣੇ ਸੋਨੀ ਦੀ ਪਈ ਆ, ਇਨਫਿਨਿਟੀ, ਔਰ ਬਥੇਰੇ ਬ੍ਰਾਂਡ ਹੈਗੇ ਆਪਣੇ ਕੋਲ ਅਲੱਗ ਅਲੱਗ। ਇਹ ਸਟਾਰਟਿੰਗ ਰੇਂਜ ਹੈ? ਸਟਾਰਟਿੰਗ ਰੇਂਜ ਹੈ ਜੀ। ਠੀਕ ਹੈ। ਅੱਛਾ, ਇਹ 10 ਇੰਚ ਹੀ ਹੈਗਾ, ਇਹਦੇ ਨਾਲ ਵਾਇਰਿੰਗ ਵਗੈਰਾ ਵੀ ਲੱਗਦੀ ਹੁੰਦੀ ਹੈ? ਤੁਹਾਨੂੰ ਸਟਾਰਟਿੰਗ ਰੇਂਜ 4200 ਰੁਪਏ 'ਚ ਪੈ ਜੂਗਾ ਜੀ ਇਹ। ਹਾਂਜੀ, ਲੈ ਮਿੱਤਰੋ, 4200 ਰੁਪਏ ਦੇ ਵਿੱਚ ਵਿਦ ਵਾਇਰਿੰਗ ਅਤੇ ਵਿਦ ਫਿਟਿੰਗ ਕਰਕੇ ਤੁਹਾਨੂੰ ਦਿੱਤੀ ਜਾਊਗੀ। ਨੰਬਰ ਮੈਂ ਪਾਏ ਹੋਏ ਨੇ ਸਕਰੀਨ 'ਤੇ, ਤੁਸੀਂ ਤਾਂ ਬਾਈ ਨੂੰ ਕਾਲ ਕਰ ਸਕਦੇ ਹੋ। ਅਤੇ ਬਾਈ, ਇਹ ਵੀ ਲੱਗ ਗਈ ਹੈ ਨਾ, ਆਪਣੇ ਇੰਟਰਟੇਨਮੈਂਟ ਦਾ ਵੀ ਹੱਲ ਹੋ ਗਿਆ, ਆਪਣਾ ਮੈਟਿੰਗ ਦਾ ਵੀ ਹੱਲ ਹੋ ਗਿਆ। ਦੇਖੋ, ਗੱਡੀ ਅਗਰ ਆਪਾਂ ਕਈ ਵਾਰ ਖੜਾ ਜਾਂਦੇ ਹਾਂ ਬਾਈ, ਹੈ ਨਾ, ਇੱਕ ਡਰ ਹੁੰਦਾ ਆਪਣੇ ਮਨ 'ਚ, ਹੈ ਨਾ, ਆਪਾਂ ਗੱਡੀ ਦਾ ਲੌਕ ਲਾਦੇ, ਫਿਰ ਵੀ ਆਪਾਂ ਇੱਕ ਵਾਰ ਚੈੱਕ ਕਰਕੇ ਜਾਂਦੇ ਹਾਂ ਗੱਡੀ, ਉਹਦੇ ਲਈ ਬਾਈ ਆਪਣੇ ਕੋਲ ਹੈਗੀ GPS, ਵੀ ਲੌਕ ਲੱਗਿਆ ਕਿ ਨਹੀਂ। ਹਾਂ, GPS ਦਿਖਾਓ, GPS ਡਿਵਾਈਸ ਆਪਣੇ ਕੋਲ ਹੈਗੀ, ਉਹ ਦਿਖਾਓ। ਮੈਂ ਤੇਰਾ GPS ਡਿਵਾਈਸ ਦਿਖਾਉਣਾ ਤੁਹਾਨੂੰ, ਹੈ ਨਾ, ਉਹ ਵੀ ਚੀਜ਼ ਬਹੁਤ ਵਧੀਆ ਚੀਜ਼ ਹੈ ਬਾਈ ਇਹ, ਠੀਕ ਹੈ। ਗੱਡੀ ਦੇ ਵਿੱਚ ਤੁਸੀਂ ਲਾ ਸਕਦੇ, ਪੁਰਜਾ ਛੋਟਾ ਜਿਹਾ, ਪਰ ਤੁਹਾਡਾ
ਕਿੰਨੇ ਪੈਸੇ ਬਚਾ ਸਕਦਾ ਹੈ ਨਾ ਬਾਈ, ਪੂਰੀ ਗੱਡੀ ਨੂੰ ਟਰੈਕ ਕਰੋਗੇ ਜੀ, ਤੁਸੀਂ ਫੋਨ ਤੋਂ ਟਰੈਕ ਕਰ ਸਕਦੇ ਆਪਣੀ ਗੱਡੀ ਨੂੰ, ਜਦ ਵੀ ਕੋਈ ਚਾਬੀ ਓਨ ਕਰੂਗਾ ਨਾਲ ਦੀ ਨਾਲ ਅਲਰਟ ਹੋ ਜਾਏਗਾ ਤੁਹਾਨੂੰ ਫੋਨ, ਠੀਕ ਹੈ ਵੀ ਕੋਈ ਅਨੰਦਰ ਚਾਬੀ ਤੋਂ ਇਹ ਵੀ ਤੁਹਾਡੀ ਗੱਡੀ ਸਟਾਰਟ ਹੋ ਰਹੀ ਹੈ, ਠੀਕ ਹੈ। ਤੇ ਬਾਈ ਹੁਣ ਆਹ ਵੀ ਲਗਵਾ ਸਕਦੇ, ਇਹ ਕਿੰਨੇ ਰੁਪਈਆਂ ਦਾ ਬਾਈ? ਜੀ 3000 ਰੁਪਏ ਚ ਲਗਾ ਦਾਂਗੇ ਆਪਾਂ, 3000 ਚ ਫਿਟਿੰਗ ਕਰਕੇ। ਹਾਂਜੀ, 1 ਸਾਲ ਦਾ ਰੀਚਾਰਜ ਫ੍ਰੀ ਹੋਏਗਾ ਬਾਈ, ਠੀਕ ਹੈ ਬਾਈ। ਤੇ ਵੀਰੇ ਹੋਰ ਕੁਛ ਆਪਾਂ ਲਾਈਟਾਂ ਦੀ ਗੱਲ ਕਰਦੇ ਆਪਾਂ, ਲਾਈਟਾਂ ਆਪਣੇ ਲਈ ਬਹੁਤ ਹੈ ਬਾਈ ਜੀ, ਐਲ ਈ ਡੀ ਲਾਈਟਾਂ 110 ਵਾਟ ਤੋਂ ਸਟਾਰਟ ਹੈ ਜੀ, 400 ਵਾਟ ਤੱਕ ਪਈਆਂ ਜੀ। ਉਹ ਵੀ ਆ ਟੌਪ ਦੀ ਦਿਖਾ ਦਿਓ ਜਿਹੜੀ ਚੱਲਦੀ ਹੈਗੀ ਅੱਜ ਕੱਲ੍ਹ। ਟੌਪ ਦੀ ਵੀਰ ਜੀ ਫਿਰ ਆਪਣੇ ਕੋਲ 340 ਵਾਟ ਦੀ ਲਾਈਟ ਪਈ ਜੀ, ਠੀਕ ਹੈ। ਇਹ ਦੋ ਬ੍ਰਾਂਡ ਹੈ, ਯੂਨੀਫਾਇਰ ਦਾ ਵੀ ਹੈਗੇ ਔਰ ਟੈਸਲਾ ਵੀ, ਠੀਕ ਹੈ ਠੀਕ ਹੈ ਜੀ। ਲੈ ਵੀ ਮਿੱਤਰੋ ਆਪਾਂ ਆਹੀ ਦਿਖਾ ਦਿਓ ਤੁਹਾਨੂੰ ਹੈ ਨਾ, ਵੀ ਆਹ ਵਾਲੀ ਚੀਜ਼ ਆ ਬਾਈ ਹੈ ਨਾ, ਦੇਖੋ ਬਾਈ ਇਹ ਲਾਈਟ ਹੈਗੀ, ਇਹ ਵੀ ਤੁਸੀਂ ਗੱਡੀ ਦੇ ਵਿੱਚ ਲਗਵਾ ਸਕਦੇ ਹੋ, ਟੈਸਲਾ ਦੀਆਂ ਨੇ ਹੈ ਨਾ। ਹਾਂਜੀ ਹਾਂਜੀ, ਉਹ ਨਹੀਂ ਹੈਗੀ ਟੈਸਲਾ ਵੀ ਹੈ ਨਾ, ਜੇ ਤੁਸੀਂ ਕਹੋ ਵੀ ਇਹ ਇਹਦਾ ਨਾਮ ਟੈਸਲਾ ਦੀ ਕੰਪਨੀ ਹੈ ਬਾਈ ਹੈ ਨਾ, ਚੈੱਕ ਕਰ ਲਓ, ਬਹੁਤ ਹੈਵੀ ਆ ਬਾਈ ਹੈ ਨਾ, ਤੁਸੀਂ ਇਹਨੂੰ ਆਪਣੇ ਘਰੇ ਵੀ ਮੰਗਵਾ ਸਕਦੇ ਹੋ ਬਾਈ ਹੈ ਨਾ। 340 ਵਾਟ ਦੀ ਲਾਈਟ ਹੈ, ਬਹੁਤ ਲਾਈਟ ਵੀ ਜੀ, ਇਹ ਜ਼ਰੂਰੀ ਨਹੀਂ ਹੈਗਾ ਵੀ ਬਾਈ ਹੈ ਨਾ ਵੀ ਤੁਹਾਨੂੰ ਵੀ ਤੁਹਾਨੂੰ ਉਰੇ ਆਉਣਾ ਹੀ ਪੈਣਾ, ਤੁਸੀਂ ਆਪਣੇ ਘਰੇ ਵੀ ਮੰਗਵਾ ਸਕਦੇ ਹੋਗੇ। ਇਹ ਚੀਜ਼ ਬੜੀ ਵਧੀਆ ਹੈਗੀ, ਅਤੇ ਲਾਈਟ ਵਗੈਰਾ ਪੂਰੀ ਹੈ ਵੀ ਪੂਰੀ ਫੁੱਲ, ਬਹੁਤ ਲਾਈਟ ਹੈ ਜੀ। ਅੱਛਾ ਇਹ ਕਿੰਨੇ ਕੁ ਰੁਪਏ ਦੀ ਹੈ ਬਾਈ? ਜੀ ਤੁਹਾਨੂੰ 7000 ਰੁਪਏ 'ਚ ਪੈ ਜੂਗੀ ਜੀ, 7000 ਰੁਪਈਆਂ ਦੇ ਵਿੱਚ। ਤੇ ਨਾਲ ਫਿਟਿੰਗ ਨਾਲ ਆਪਾਂ ਇੱਕ ਫੋਗ ਲੈਂਪ ਲਾਈਟ ਫ੍ਰੀ ਦੇਵਾਂਗੇ। ਅੱਛਾ ਨਾਲ ਆਹ ਕਰ ਦਿਓ ਫ੍ਰੀ, ਚਲੋ। ਤੇ ਬਾਈ ਆਹ ਵੀ ਚੀਜ਼ ਵਧੀਆ ਹੈ ਨਾ, ਅਤੇ ਨਾਲ ਫੋਗ ਲੈਂਪ ਵਾਲੀ ਲਾਈਟ ਜਿਹੜੀ ਬਿਲਕੁਲ ਫ੍ਰੀ ਤੁਹਾਨੂੰ ਦੇ ਦਾਂਗੇ, ਇਹ ਵੀ ਐਲ ਈ ਡੀ ਲਾਈਟ ਹੈ ਜੀ, ਠੀਕ ਹੈ, ਵਾਈਟ ਫਿਟਿੰਗ ਕਰਕੇ ਦਿੱਤੀ ਜਾਊਗੀ, ਠੀਕ ਹੈ। ਇਹ ਚੀਜ਼ ਵੀ ਬੜੀ ਵਧੀਆ ਹੈ ਨਾ ਬਾਈ, ਇਹ ਤੁਸੀਂ 7000 ਦੇ ਵਿੱਚ ਇਹ ਤੁਹਾਨੂੰ ਮਿਲ ਜਾਣਾ, ਅਤੇ ਨਾਲ ਤੁਹਾਨੂੰ ਬਿਲਕੁਲ ਫ੍ਰੀ ਮਿਲਣਗੇ ਫੋਗ ਲੈਂਪਾਂ ਦੀ ਲਾਈਟ ਬਾਈ। ਅਤੇ ਬਾਈ ਹੋਰ ਕੁਛ ਅਗਰ ਆਪਾਂ ਗੱਲ ਕਰੀਏ, ਬਥੇਰਾ ਕੁਛ ਹੈਗਾ ਬਾਈ, ਅਤੇ ਬਾਈ ਬਹੁਤ ਕੁਛ ਆ ਬਾਈ ਹੋਰਾਂ ਲਈ ਹੈ ਨਾ। ਅਗਰ ਤੁਸੀਂ ਕੁਛ ਵੀ ਬਾਏ ਕਰਨਾ ਤਾਂ ਤੁਸੀਂ ਨੰਬਰ ਮੈਂ ਸਕਰੀਨ 'ਤੇ ਪਾ ਅਤੇ ਕਾਲ ਕਰ ਸਕਦੇ ਹੋ। ਇੱਧਰ ਜਿਵੇਂ ਟੱਚ ਪਲੇਅਰ ਆ ਗਏ ਬਾਈ ਹੈ ਨਾ ਗੱਡੀਆਂ ਵਾਲੇ, ਹਾਂਜੀ ਐਂਡਰੋਇਡ ਹੋ ਗਏ, ਕਾਰ ਪਲੇਅਰ, ਕਿੰਨੇ ਇੰਚ ਤੋਂ ਸ਼ੁਰੂ ਆ ਵੀਰੇ? 9 ਇੰਚ ਤੋਂ ਸਟਾਰਟ ਹੈ ਜੀ, ਸਟਾਰਟਿੰਗ ਰੇਟ ਆਪਣਾ 6000 ਰੁਪਏ ਹੈਗਾ ਜੀ, ਠੀਕ ਹੈ। ਉਸ ਤੋਂ ਉੱਪਰ ਤੁਸੀਂ ਜਿੰਨੇ ਲੈ ਮਿੱਤਰੋ 6000 ਰੁਪਏ ਤੋਂ ਸਟਾਰਟਿੰਗ ਹੈਗੀ, ਫਿਟਿੰਗ ਵਗੈਰਾ ਕਰਕੇ ਦਿੰਦੇ ਨੇ ਬਾਈ ਹੋਰੀ, ਤਾਂ ਤੁਸੀਂ ਕੁਛ ਵੀ ਅਗਰ ਲੈਣਾ ਤਾਂ ਤੁਸੀਂ ਇਹ ਵੀ ਚੀਜ਼ ਬਾਏ ਕਰ ਸਕਦੇ ਹੋ ਹੈ ਨਾ। ਜਿਵੇਂ ਬਾਈ ਹੈ ਨਾ ਵਾਇਰਿੰਗਾਂ ਹੋ ਗਈਆਂ, ਵਧੀਆ ਤੋਂ ਵਧੀਆ ਵੀ ਵਾਇਰਿੰਗ ਤੁਹਾਨੂੰ ਮਿਲਦੀ ਹੈ ਬਾਈ ਹੋਰਾਂ ਲਵੇ, ਕੁਛ ਅਸੈਸਰੀ ਦਾ ਜਿਵੇਂ ਸਾਰਾ ਕੁਛ ਜਿਹੜਾ ਬਾਈ ਹੋਰਾਂ ਲਵੇ ਹੈਗਾ ਬਾਈ, ਠੀਕ ਹੈ। ਹੁਣ ਕਿਹੜੀ ਕਿਹੜੀ ਚੀਜ਼ ਦਾ ਨਾਮ ਲੈ ਦਈਏ ਬਾਈ? ਹਾਂਜੀ ਹਾਂਜੀ, ਅਤੇ ਮੈਂ ਬਾਈ ਮਿਲਾਂਗੇ ਬਹੁਤ ਛੇਤੀ ਬਾਈ ਹੈ ਨਾ, ਹੁਣ ਨਵੀਂ ਵੀਡੀਓ ਦੇ ਨਾਲ, ਅਤੇ ਚੰਗੀ ਚੰਗੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ। ਵੀਡੀਓ ਨੂੰ ਸ਼ੇਅਰ ਕਰ ਦਿਉ, ਲਾਈਕ ਕਮੈਂਟ ਕਰ ਦਿਉ ਬਾਈ, ਅਤੇ ਇੱਕ ਗੱਲ ਕਰਾਂ ਬਾਈ ਹੈ ਨਾ, ਫੋਲੋ ਜ਼ਰੂਰ ਕਰ ਲਿਓ ਨਾਲ ਹੁੰਦੇ ਬਾਈ, ਐਡਰੈਸ ਪ੍ਰੋਪਰ ਦੇ ਦਿਓ। ਐਡਰੈਸ ਵੀਰ ਜੀ 117 ਸੈਕਟਰ TDI ਏਅਰਪੋਰਟ ਰੋਡ ਮੋਹਾਲੀ। ਲਓ ਨੰਬਰ ਮੈਂ ਸਕਰੀਨ 'ਤੇ ਪਾ ਦੇ ਬਾਈ, ਕਾਲ ਕਰ ਲਓ। ਸਤਿ ਸ਼੍ਰੀ ਅਕਾਲ।